ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਆਪਣੇ ਇਸ ਯੂਟਿਊਬ ਚੈਨਲ 'ਤੇ। ਹਾਂਜੀ ਦੋਸਤੋ, ਤਾਂ ਫਿਰ ਖਿੱਚ ਲਓ ਜੀ ਤਿਆਰੀਆਂ। ਹਰ ਸਾਲ ਦੀ ਤਰ੍ਹਾਂ ਕਨੇਡਾ ਦੀ ਕਬੱਡੀ ਦੀ ਸ਼ੁਰੂਆਤ ਹੈ ਜਿਹੜੀ ਉਹ 56ਵੇਂ ਖਾਲਸਾ ਦੇਸ਼ ਦੀਵਾਨ ਸੁਸਾਇਟੀ ਵੈਨਕੈਵਰ ਦੇ ਕਬੱਡੀ ਕੱਪ ਨਾਲ ਸ਼ੁਰੂ ਹੋਣ ਜਾ ਰਹੀ ਹੈ। ਅਤੇ ਦੋਸਤੋ, ਜਿੱਥੇ ਵੱਡੇ ਮੱਲ ਪਹੁੰਚ ਰਹੇ ਨੇ, ਅਤੇ ਕਬੱਡੀ ਫੈਡਰੇਸ਼ਨ ਆਫ BC ਅਤੇ ਐਸੋਸੀਏਸ਼ਨ ਦੀਆਂ ਟੀਮਾਂ 20 ਮਈ 2024 ਨੂੰ ਖੇਡਣਗੀਆਂ। ਹਾਂਜੀ ਦੋਸਤੋ, ਤੁਹਾਨੂੰ ਦੱਸ ਦਈਏ ਕਿ ਕਨੇਡਾ ਖੇਡ ਸੀਜ਼ਨ ਦੀ ਕਬੱਡੀ ਦੇ 2024 ਸੀਜ਼ਨ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਅਤੇ ਦੋਸਤੋ, 56ਵਾਂ ਖਾਲਸਾ ਦੀਵਾਨ ਸੁਸਾਇਟੀ ਟੂਰਨਾਮੈਂਟ ਵੈਨਕੂਵਰ ਵਿਖੇ ਕਰਵਾਇਆ ਜਾ ਰਿਹਾ, ਜਿਹੜਾ ਕਿ 19 ਅਤੇ 20 ਮਈ 2024 ਨੂੰ ਮੈਮੋਰੀਅਲ ਸਾਊਥ ਪਾਰਕ ਵਿਖੇ ਹੋਵੇਗਾ। ਅਤੇ ਦੋਸਤੋ, ਜਿੱਥੇ ਦੁਨੀਆ ਦੇ ਚੋਟੀ ਦੇ ਸੁਪਰਸਟਾਰ ਖੇਡਣ ਜਾ ਰਹੇ ਨੇ, ਅਤੇ ਵੱਡੇ ਮੱਲਾਂ ਦੀ ਵੱਡੀ ਤਕੜੀ ਟੱਕਰ ਹੋਵੇਗੀ। ਹਾਂਜੀ ਦੋਸਤੋ, ਅਤੇ ਗੱਲ ਕਰ ਲਈਏ ਟੀਮਾਂ ਦੀ, ਤਾਂ ਚੋਟੀ ਦੀਆਂ ਟੀਮਾਂ ਇਸ ਕੱਪ ਵਿੱਚ ਪਾਰਟੀਸਪੇਟ ਕਰਨ ਜਾ ਰਹੀਆਂ ਨੇ। ਹਾਂਜੀ ਦੋਸਤੋ, ਇੱਕ ਟੀਮ ਹੋਵੇਗੀ ਯੂਨਾਈਟਡ ਸਰੀ BC ਫਰੈਂਡਸ ਕਬੱਡੀ ਕਲੱਬ ਕੈਲਗਿਰੀ ਦੀ, ਅਤੇ ਦੋਸਤੋ ਦੂਜੀ ਟੀਮ ਹੋਵੇਗੀ ਆਜ਼ਾਦ ਪੰਜਾਬ ਕੇਸਰੀ ਕਬੱਡੀ ਕਲੱਬ, ਅਤੇ ਤੀਸਰੀ ਹੋਵੇਗੀ ਐਬਸਫੋਰਡ ਲਾਇਨ ਕਬੱਡੀ ਕਲੱਬ ਦੀ, ਅਤੇ ਦੋਸਤੋ ਇੱਕ ਟੀਮ ਹੋਵੇਗੀ ਪੰਜਾਬ ਟਾਈਗਰ ਐਬਸਫੋਰਡ ਕਬੱਡੀ ਕਲੱਬ, ਅਤੇ ਦੋਸਤੋ ਇੱਕ ਸ਼ਹੀਦ ਭਗਤ ਸਿੰਘ ਸਰਹਾਲਾ ਰਣੂਆ ਕਬੱਡੀ ਕਲੱਬ ਦੀ ਟੀਮ ਖੇਡੇਗੀ, ਅਤੇ ਦੋਸਤੋ ਇੱਕ ਨਨਕਾਣਾ ਸਾਹਿਬ ਕਬੱਡੀ ਕਲੱਬ ਦੀ ਟੀਮ ਇਸ ਕਬੱਡੀ ਕੱਪ ਵਿੱਚ ਪਾਰਟੀਸਪੇਟ ਕਰਨ ਜਾ ਰਹੀ ਹੈ। ਅਤੇ ਦੋਸਤੋ, ਕੁੱਲ ਮਿਲਾ ਕੇ ਦੁਨੀਆ ਦੇ ਚੋਟੀ ਦੇ ਸੁਪਰਸਟਾਰਾਂ ਦੀ ਤਕੜੀ ਟੱਕਰ ਹੋਵੇਗੀ। ਤਾਂ ਦੋਸਤੋ, ਤੁਸੀਂ ਵੀ ਇਸ ਦਾ ਲਾਈਵ ਦੇਖ ਸਕਦੇ ਹੋ। ਹਾਂਜੀ, ਇਸ ਦਾ ਲਾਈਵ ਤੁਸੀਂ livekabaddi.com ਉੱਤੇ ਦੇਖ ਸਕਦੇ ਹੋ, ਜੋ ਦੁਨੀਆ ਦੀ ਵੱਡੀ ਵੈਬਸਾਈਟ ਹੈ। ਇਹ ਸੀ ਜਾਣਕਾਰੀ ਜੋ ਤੁਹਾਡੇ ਨਾਲ ਸਾਂਝੀ ਕਰਨੀ ਸੀ। ਜੁੜੇ ਰਹੋ ਚੈਨਲ ਦੇ ਨਾਲ, ਹਾਜ਼ਰ ਹੋਵਾਂਗੇ ਕਬੱਡੀ ਦੀ ਕੋਈ ਨਵੀਂ ਅਪਡੇਟ ਲੈ ਕੇ। ਧੰਨਵਾਦ।